ਮੈਨੂੰ ਮੈਸੇਜ ਆ ਗਿਆ ਬਈ ਸਮਾਰਟ ਇੰਪਾਉਂਡ ਹੋ ਗਈ ਖੜਾ ਦੋ ਤੁਸੀਂ ਹੁਣ ਜਿੱਥੇ ਖੜੀ ਉੱਥੇ ਹੀ ਖੜਾ ਦੋ ਜੋਬਾਂ ਕਰਦੇ ਆ ਬਿਜ਼ਨਸ ਕਰਦੇ ਆ ਤੇ ਵਲੌਗਿੰਗ ਕਰਦੇ ਆ ਜਿੱਥੇ ਗੱਡੀ ਇੰਪਾਉਂਡ ਕਰਾਉਂਦੇ ਆ ਉਹ ਕਹਿੰਦੇ ਜਾਂ ਤਾਂ 7 ਦਿਨ ਲਈ ਸਾਡੇ ਡਿਪਾਰਟਮੈਂਟ ਖੜੀ ਕਰ ਦਿਓ ਗੱਡੀ ਇੰਪਾਉਂਡ ਕਰਵਾ ਲਈ ਇਹਨੇ ਯਾਰ ਮਸਤਾਂ ਤੇ ਉਹ ਇੰਪਾਉਂਡ ਕਿਵੇਂ ਹੋਈ ਆ ਕਾਹਤੋਂ ਹੋਈ ਆ ਉਹ ਛਡਾਉਣ ਚੱਲੇ ਆ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦੱਸਣਾ ਸੀਗਾ ਥੈਂਕ ਯੂ ਸੋ ਮੱਚ ਸਾਡੇ ਵਲੌਗ ਨੂੰ ਸਾਡੇ ਰੀਲਸ ਨੂੰ ਇੰਨਾ ਪਿਆਰ ਦੇਣ ਲਈ ਰੀਅਲੀ ਆਈ ਐਪਰੀਸ਼ੀਏਟ ਸਿੰਸ ਲਾਸਟ ਕੁਛ ਕੁ ਦਿਨਾਂ ਤੋਂ ਪਿਛਲੇ ਮਹੀਨੇ ਤੋਂ ਚੈਨਲ ਗ੍ਰਾਫ ਆਏ ਜਾ ਰਿਹਾ ਪੂਰਾ ਵਧੀਆ ਤੇ ਹੋਪ ਸੋ ਤੁਹਾਨੂੰ ਵਧੀਆ ਲੱਗ ਰਹੀਆਂ ਹੋਣਗੀਆਂ ਰੀਲਸ ਹੈ ਨਾ ਤੇ ਇਹ ਆਪਣਾ ਉਹ ਨਹੀਂ ਹੈਗਾ ਮਤਲਬ ਕਿਸੇ ਨੂੰ ਟ੍ਰੋਲ ਕਰਨਾ ਜਾਂ ਉਹ ਦਿਲ ਵਿੱਚ ਗੱਲ ਆ ਜਾਂਦੀ ਹੈ ਕੋਈ ਤੇ ਆਪਾਂ ਉਹ ਬੋਲ ਦਿੰਦੇ ਕੈਮਰੇ ਮੂਹਰੇ ਹੈ ਨਾ ਜਿਹਨੂੰ ਵੀ ਕੋਈ ਬੁਰਾ ਜਾਂ ਕੋਈ ਮਾਇੰਡ ਕਰਦਾ ਪਲੀਜ਼ ਸਾਡੇ ਵੱਲੋਂ ਸੋਰੀ ਉਹ ਬੰਦੇ ਨੂੰ ਠੀਕ ਹੈ ਨਾ ਅਤੇ ਬਸ ਇੰਨਾ ਕੀ ਅਸੀਂ ਕਹਿ ਸਕਦੇ ਹਾਂ ਜਾਂ ਤੁਸੀਂ ਆਪਦੀ ਕਮੈਂਟਾਂ 'ਚ ਭੜਾਸ ਕੱਢ ਲਓ ਹੁਣ ਅੱਜ ਚੱਲਦੇ ਹਾਂ ਤੁਹਾਨੂੰ ਲੈ ਕੇ ਨਵੇਂ ਵਲੌਗ ਦੇ ਨਾਲ ਇਹ ਜਿਹੜਾ ਬੰਦਾ ਜਿਹਨੇ ਕੈਮਰਾ ਫੜਿਆ ਹੋਇਆ ਗੱਡੀ ਇੰਪਾਉਂਡ ਕਰਵਾ ਲਈ ਇਹਨੇ ਯਾਰ ਮਸਟੈਂਗ ਅਤੇ ਉਹ ਇੰਪਾਉਂਡ ਕਿਵੇਂ ਹੋਈ ਆ ਕਾਹਤੋਂ ਹੋਈ ਆ ਉਹ ਛਡਾਉਣ ਚੱਲੇ ਆ ਚੱਲਿਆ ਕਿ ਨਹੀਂ ਚੱਲੇ ਨਾ ਮੇਰਾ ਬਦਨਾਮ ਸਾਡਾ ਗੱਡੀ ਕੌਣ ਚਲਾ ਰਿਹਾ ਸੀ ਕਰਾਉਂਦਾ ਕੌਣ ਨਹੀਂ ਸੀ ਗੱਡੀ ਇਹ ਚਲਾਉਂਦਾ ਸੀ ਮਿਹਨਤਾਂ ਬਾਰੇ ਦੱਸ ਰਹੇ ਹਾਂ ਆਪਾਂ ਜਿਹੜੀ ਗੱਲ ਕਰਦੇ ਸੀ ਪਿਛਲਾ ਹੈ ਨਾ ਪਿਛਲੀ ਗੱਲ ਕਰਦੇ ਹੋ ਆਪਾਂ ਕਰਦੇ ਹਾਂ ਕੰਟੀਨਿਊ ਰਾਤ ਦੀ ਡਿਊਟੀ ਠੀਕ ਆ ਅਤੇ ਸਵੇਰੇ ਫਿਰ ਇੱਕ ਮੈਨੂੰ ਕੰਮ ਸੀਗਾ ਆਫਿਸ ਦੇ ਨਾਲ ਹੀ ਮੇਰੀ ਕੰਪਨੀ ਦਾ ਹੀ ਲੇਟ ਹੋ ਗਏ ਉੱਥੋਂ ਕੰਮ ਕਰਨ ਤੋਂ ਬਾਅਦ ਹੁਣ ਆਇਆ ਹੁਣ ਵੱਜਦਾ ਡੇਢ ਹੁਣ ਆ ਕੇ ਰੋਟੀ ਖਾਧੀ ਆ ਲੰਚ ਕੀਤਾ ਘਰੇ ਅਤੇ ਹੁਣ ਇਹਦੀ ਆਪਾਂ ਜਿਹੜੀ ਤੁਹਾਨੂੰ ਦੱਸਿਆ ਸੀ ਮਸਟੈਂਗ ਆਪਣੀ ਉਹ ਇਹਨੇ ਇੰਪਾਉਂਡ ਕਰਵਾ ਲਈ ਹੈ 700 ਦਰਾਮ ਲੱਗਣਾ ਯਾਰ ਐਵੇਂ ਇੰਪਾਉਂਡ ਕਰਵਾਈ ਹੈ ਜਾ ਕੇ ਉੱਥੇ ਗੱਡੀ ਅਗਲਿਆਂ ਨੇ ਮੈਸੇਜ ਆਇਆ ਫੋਨ ਕੀਤਾ ਬਾਈ ਇੰਪਾਉਂਡ ਬਾਈ ਆਹ ਮੈਸੇਜ ਆਇਆ ਯਾਰ ਮੈਨੂੰ ਇੱਦਾਂ ਉੱਦਾਂ ਅਤੇ ਹੁਣ ਪਹਿਲਾਂ ਦੱਸਦਾ ਆਪਾਂ ਚੱਲੇ ਹਾਂ ਇੰਪਾਉਂਡ ਗੱਡੀ ਨੂੰ ਛਡਾਉਣ ਹੀ ਚੱਲੇ ਹਾਂ ਠੀਕ ਹੈ ਇੱਕ ਗੱਲ ਹੈ ਗਲਤੀ ਹੁੰਦੀ ਹੈ ਇੱਥੇ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਮੈਨੂੰ ਮੈਸੇਜ ਆ ਗਿਆ ਬਈ ਸਮਾਰਟ ਇੰਪਾਉਂਡ ਹੋ ਗਈ ਖੜਾ ਦੋ ਤੁਸੀਂ ਹੁਣ ਜਿੱਥੇ ਖੜੀ ਉੱਥੇ ਹੀ ਖੜਾ ਦੋ ਤੇ ਉੱਥੇ ਹੀ ਖੜਾ ਦਿੱਤੀ ਯਾਰਾਂ ਨੇ ਉੱਥੇ ਖੜਾ ਕਿਆ ਹੋਇਆ ਪਤਾ ਨਹੀਂ ਰੈਸਲ ਖੋਰ ਪਤਾ ਨਹੀਂ ਕਿੱਥੇ ਖੜਾ ਕਿਆ ਹੋਇਆ ਲੈਣ ਚੱਲੇ ਹੁਣ ਅਸੀਂ ਗੱਡੀ ਨੂੰ ਤੇ ਜਿਹੜਾ ਕੰਮ ਸਾਲਾ ਹੋਣਾ ਸੀ 1200 ਹਜ਼ਾਰ ਖੰਡ 1200 ਦਰਾਮ ਦੇ ਵਿੱਚ ਹੁਣ ਜਾਣੀ ਹੈ 3,350 ਚ ਗੱਲ ਠੀਕ ਹੈ ਆ ਕੇ ਸੌਣਾ ਵੀ ਸੀਗਾ ਲੇਕਿਨ ਨਾ ਗੱਡੀ ਕਰਕੇ ਹੁਣ ਸੌ ਨਹੀਂ ਪਾ ਕਿਉਂਕਿ ਕੱਲ੍ਹ ਦੀ ਖੜੀ ਆ ਉੱਥੇ ਹੁਣ ਆਪਾਂ ਰੀਨਿਊ ਵੀ ਕਰਾ ਦਈਏ ਗੱਡੀ ਨਾਲ ਹੀ ਗੱਡੀ ਆ ਰਹੀ ਅੰਦਰ ਕਰ ਲਾ ਰੀਨਿਊ ਵੀ ਕਰਾ ਦੇਣੀ ਸਾਰਾ ਕੁਛ ਤਾਂ ਹੀ ਤਾਂ 3,500-4,000 ਦੀ ਗੱਲ ਕੀਤੀ ਆ ਅਤੇ ਜਿਹੜੇ 4 ਬਲੈਂਕ ਪੁਆਇੰਟ ਮਾਰੇ ਲਾਇਸੈਂਸ 'ਤੇ ਉਹ ਕੀ ਕੀਤਾ ਜਾਵੇ ਹੁਣ ਜੇ ਚੱਲਣਗੀਆਂ ਤਾਂ ਫਿਰ ਇੱਦਾਂ ਹੋਊਗਾ ਵੀ ਕੋਈ ਨਾ 700 ਹੈਂ ਠੀਕ ਆ ਜੀ ਅੱਜ ਆਪਣੀ ਜੱਦੋਜਹਿਦ ਹੋਣੀ ਆ ਆਪਣਾ ਥੰਬਨੇਲ ਵੀ ਇਹੀ ਬਣਨਾ ਇਹੀ ਲਾਉਣਾ ਆਪਾਂ ਆਪਣੀ ਗੱਡੀ ਮਸਟੈਂਗ ਇੰਪੋਰਟ ਹੋ ਗਈ ਦੁਬਈ ਦੇ ਵਿੱਚ ਗੱਡੀ ਜਾ ਰਹੇ ਹਾਂ ਇਹਦਾ ਪਾਇਆ ਸੀ ਹਾਊ ਟੂ ਰੀਨਿਊ ਯੋਰ ਕਾਰ ਇਨ ਦੁਬਈ ਤੇ ਅੱਜ ਅਸੀਂ ਪਾਉਣਾ ਹਾਊ ਟੂ ਛਡਾਓ ਯੋਰ ਇੰਪਾਉਂਡ ਕਾਰ ਫਰੋਮ ਦੁਬਈ ਦੇਖੋ ਜੀ ਕਾਰ ਮੀਨਸ ਆਪਾਂ ਜਾ ਰਹੇ ਸੀ ਗਲਤੀਆਂ ਮਲਤੀਆਂ ਚਲੋ ਸਭ ਕਰਦੇ ਆ ਮੈਂ ਕਿਹੜਾ ਇਕੱਲਾ ਕਰਦਾ ਉੱਥੇ ਕੈਮਰਾ ਕੁਮਰਾ ਹੋਣਾ ਤੇ ਮੈਨੂੰ ਮੈਸੇਜ ਆ ਗਿਆ ਬਈ ਤੁਹਾਡੀ ਕਾਰ ਸਮਾਰਟ ਇੰਪਾਉਂਡ ਹੋ ਗਈ ਆ ਉਹਦਾ ਮਤਲਬ ਹੁੰਦਾ ਤੇ 30 ਦਿਨ ਦੇ ਅੰਦਰ ਮੈਂ ਹਾਜ਼ਰੀ ਡਵਾਉਣੀ ਸੀ ਟ੍ਰੈਫਿਕ ਡਿਪਾਰਟਮੈਂਟ ਦੇ ਅੰਦਰ ਜਿਹੜਾ ਉਹ ਆਇਆ ਤੇ ਉਹਦਾ 700 ਦਰਾਮ ਫਾਈਨ ਆ ਹੁਣ ਜਿਹੜੀ ਇੰਪਾਉਂਡ ਹੋਈ ਆ ਉਹ ਗੱਡੀ ਉੱਥੇ ਹੀ ਖੜਾ ਦੇਣੀ ਜਦੋਂ ਮੈਸੇਜ ਆ ਗਿਆ ਤੁਸੀਂ ਹਿਲਾ ਨਹੀਂ ਸਕਦੇ ਕਿਉਂਕਿ GPS ਨਾਲ ਟਰੈਕ ਕਰਦੇ ਆ
ਜੇ ਉਹ ਹਲਾਈ ਆ ਫਿਰ ਤੁਹਾਨੂੰ ਹੋਰ ਡਬਲ ਫਾਈਨ ਮਾਰ ਦੇਣਗੇ। ਹੁਣ ਟ੍ਰੈਫਿਕ ਫਾਈਨ ਵਾਲਿਆਂ ਦੇ ਗਿਆ ਸੀਗਾ, ਉਹ ਕਹਿੰਦੇ ਜਾਂ ਤਾਂ 7 ਦਿਨ ਲਈ ਸਾਡੇ ਡਿਪਾਰਟਮੈਂਟ 'ਚ ਖੜੀ ਕਰ ਦਿਓ, ਉਹ ਲਾ ਕੇ ਵੀਲ 'ਤੇ ਉਹ ਖੜੀ ਕਰ ਲੈਣਗੇ 7 ਦਿਨ ਲਈ, ਅਤੇ ਆਪਣਾ 700 ਦਰਾਮ ਮਾਫ ਹੋ ਜਾਊਗਾ, ਨਹੀਂ ਤਾਂ 700 ਦਰਾਮ ਪੇ ਕਰੋ ਅਤੇ ਆਪਦੀ ਗੱਡੀ ਚੱਲਦੀ ਕਰੋ ਇੱਥੇ ਹੋਣੀ, ਅਤੇ ਹੁਣ ਪੇ ਕਰਾਂਗੇ ਆਪਾਂ। ਕਹਿੰਦੇ ਲੱਕੀ ਆ, ਕਿਸਮਤ ਚੰਗੀ ਸੀ 700 ਹੀ ਆਇਆ, ਇਹ 700 ਵਾਲੀ ਗੇਮ ਨਹੀਂ ਹੈਗੀ। ਨਹੀਂ 3000 3000 ਪੱਕਾ ਵਾ, ਇਹ 3000 ਪੱਕਾ। ਉੱਥੇ ਖੜੇ ਆਪਣਾ ਦੋਸਤ ਨੂਨੀ ਆ, ਉਹਦੇ ਉਹਨੇ ਬਾਰੇ ਮਿੱਤਰ ਤੋਂ ਪੁੱਛਿਆ ਪਾਕਿਸਤਾਨੀ ਤੋਂ, ਉਹ ਤਾਂ ਕਹਿੰਦਾ 700 ਆਉਂਦਾ ਹੀ ਨਹੀਂ ਗਾ ਇੰਪਾਊਂਡ 'ਤੇ, ਆਉਂਦਾ ਹੀ 5-6 ਹਜ਼ਾਰ। ਪੈਟਰੋਲ ਦੇਖ ਲਈ ਚੱਲੂ, ਅਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਧਰ, ਸਮਝ ਗਏ। ਅਤੇ ਬਾਕੀ ਤੁਹਾਨੂੰ ਵਲੋਗਾਂ ਦੀ ਕਹਾਣੀ ਦੱਸਦੀ ਆ, ਰੀਲਾਂ ਦੀ ਕਹਾਣੀ ਦੱਸਦੀ ਆ, ਤੁਸੀਂ ਲਾਈਕ ਕਰ ਰਹੇ ਹੋ, ਥੈਂਕ ਯੂ ਸੋ ਮੱਚ ਤੁਹਾਨੂੰ, ਤੁਹਾਡਾ ਪਿਆਰ ਦੇਣ ਲਈ ਸਾਡੇ ਚੈਨਲ ਨੂੰ, ਸਾਡੀਆਂ ਗੱਲਾਂ ਨੂੰ, ਥੈਂਕ ਯੂ ਸੋ ਮੱਚ। ਸੋਹਣਾ ਚੱਲ ਰਿਹਾ ਹੁਣ, ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ, ਅਤੇ ਚੱਲਦਾ ਰਹੋ ਬਸ, ਐਂ ਐਂ ਅਸੀਂ ਗੱਲਾਂ ਮਾਰ ਮਾਰ ਕੇ ਤੁਹਾਨੂੰ, ਪਰ ਕਰਨੀਆਂ ਸੱਚੀਆਂ ਜੋ ਦਿਲ ਦੇ ਵਿੱਚ ਲਾ ਲੂ ਕੇ ਨਹੀਂ, ਇਸ ਨਾਲ ਕਰਨੀਆਂ, ਠੀਕ ਹੈ ਨਾ। ਬਸ ਸਾਡਾ ਮਜ਼ਾਕ ਕਰ ਦਿੰਦੇ ਯਾਰ, ਕੋਈ ਸੀਰੀਅਸ ਨਾ ਲਵੇ, ਦੇਖ ਲਿਓ ਪਿਆਰ ਮੁਹੱਬਤ, ਠੀਕ ਹੈ ਜੀ। ਆਪਾਂ ਬਾਕੀ ਜਿਹਨਾਂ ਨੂੰ ਨਹੀਂ ਪਤਾ, ਅਸੀਂ ਦੁਬਈ 'ਚ ਰਹਿੰਦੇ ਹਾਂ, ਅਸੀਂ ਜੋਬਾਂ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਅਤੇ ਵਲੋਗਿੰਗ ਕਰਦੇ ਹਾਂ, ਗੱਡੀ ਇੰਪਾਊਂਡ ਕਰਦੇ, ਅਤੇ ਗੱਡੀ ਇੰਪਾਊਂਡ ਕਰਾਉਂਦੇ ਹਾਂ, ਇੱਦਾਂ ਕਹਾਣੀ। ਕੋਈ ਨਾ, ਤੂੰ ਵੀ ਨਾਲ ਹੀ ਆ ਮੇਰੇ, ਇਕੱਲਾ ਥੋੜ੍ਹੀ। ਮੈਂ ਕੋਈ ਨਹੀਂ, ਮੈਂ ਜਿੱਦਣ ਇਹ ਛੁੱਟੀ ਆਇਆ ਨਾ ਇੰਡੀਆ ਤੋਂ, ਮੈਨੂੰ ਕਹਿੰਦਾ, ਮੈਂ ਕਿਹਾ ਕਹਿੰਦਾ ਕਿਸ ਚੱਲਿਆ, ਮੈਂ ਕਿਹਾ ਜਿਵੇਂ ਚੱਲਿਆ, ਕਿਹੜੀ ਗੱਡੀ ਚੱਲਿਆ, ਉੱਥੋਂ ਇੰਡੀਆ ਤੋਂ ਕਾਲ ਕਰੀ ਜਾਵੇ, ਉਹ ਬਾਈ ਗੱਡੀ ਨਾ ਕੱਢੀ, ਇੰਪਾਊਂਡ ਕਰਾ ਲੇਗਾ ਤੂੰ, ਇੱਦਾਂ ਹੋ ਜੂ, ਫਾਈਨ ਮਾਰ ਦੇਣਗੇ। ਮੈਂ ਭਾਈ ਨਹੀਂ ਕੱਢੀ, ਮੈਂ ਨਹੀਂ ਲੈ ਗਿਆ, ਮੈਂ ਆਹ ਵਾਲੀ ਚਾਹੁੰਦਾ ਜਾਂਦਾ ਰਿਹਾ, ਕੱਲ੍ਹ ਕਰਾਇਆ ਆਪ ਜਾ ਕੇ, ਕੱਲ੍ਹ ਆਪ ਜਾ ਕੇ ਕਰਾਇਆ, ਹੈ ਕਿ ਨਹੀਂ। ਅਤੇ ਉਹ ਗੱਡੀ ਆਪਣੀ ਹੈ ਵੀ, ਆਪਾਂ ਨੂੰ ਸੋਹਣੀ ਲੱਗਦੀ ਹੈ, ਵੈਸੇ ਲੋਕਾਂ ਦਾ ਪਤਾ ਨਹੀਂ, ਆਪਾਂ ਐਵੇਂ ਫੜ ਮਾਰੀ ਜਾਈਏ ਕਿ ਲੋਕਾਂ ਨੂੰ ਬਹੁਤ ਘੈਂਟ ਲੱਗਦੀ ਹੈ, ਲੇਕਿਨ ਸਾਨੂੰ ਬੜੀ ਸੋਹਣੀ ਲੱਗਦੀ ਆ, ਅਤੇ ਸ਼ਾਇਦ ਉਹਨੂੰ ਨਜ਼ਰ ਹੀ ਲੱਗ ਗਈ ਸਾਡੀ, ਹੈ ਨਾ। ਅੱਜ ਚੱਕ ਲਿਆਉਂਦੇ ਜਾ ਕੇ, ਫਿਰ ਚਲੋ ਮਿਲਦੇ ਹਾਂ ਫਿਰ ਬਾਬਾਸ, ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ। ਇੱਥੇ ਆ ਗਿਆ ਸੀ ਹੁਣ ਪੈਸੇ ਪਾਉਣ ਬੈਂਕਾਂ ਦੇ ਵਿੱਚ, ਕਾਰਡ ਭਰ ਲੈਣੇ ਫੁੱਲ, ਫਿਰ ਨਾ ਜਦੋਂ ਫੁੱਲ ਭਰ ਲਏ ਗਏ ਭਰੇ ਗਏ, ਫਿਰ ਆਪਾਂ ਉਹਨਾਂ ਨੂੰ ਕਰ ਦੇਣਾ ਖਾਲੀ, ਸਮਝ ਗਏ ਮਤਲਬ, ਨਾਲ ਹੀ ਫੁੱਲ ਨਾਲ ਹੀ ਖਾਲੀ, ਨਾਲ ਹੀ ਫੁੱਲ ਨਾਲ ਹੀ ਖਾਲੀ, ਨਾ ਜੇਬਾਂ 'ਚ ਰਹਿੰਦੇ ਆ ਨਾ ਕਾਰਡਾਂ 'ਚ ਰਹਿੰਦੇ ਆ। ਤਾਂ ਵੈਸੇ ਵੀ ਅੱਜ ਕੱਲ੍ਹ ਬੈਂਕਾਂ 'ਚ ਨਾ ਸਾਡਾ ਪੈਸੇ ਰੱਖਣ ਵਾਲਾ ਡਰ ਹੀ ਲੱਗਦਾ, ਸਾਰਿਆਂ ਨੂੰ ਓਟੀਪੀ ਮੰਗ ਲੈਣਾ, ਤੇਰਾ ਓਟੀਪੀ ਚੜਕਾ ਦਾ, ਅੱਜ ਕੱਲ੍ਹ ਤਾਂ ਕਹਿੰਦੇ ਓਟੀਪੀ ਨੀ ਪੁੱਛਦੇ। ਇੱਕ ਵਾਰੀ ਮਹੀਨਾ ਹੋਇਆ ਸੀ 1700 ਦਰਾਮ ਦਾ, ਉਹ ਤਾਂ ਮੇਰੇ ਕਾਰਡ 'ਚ ਪੈਸੇ ਹੈ ਨੀ ਸੀਗੇ, ਬਚ ਗਿਆ, ਇੱਧਰ ਲਾ ਸ਼ਾਮੇ ਯਾਰ ਸਾਹਮਣੇ। ਚਲੋ ਜੀ ਹੁਣ ਮਿਲਦੇ ਤੁਹਾਨੂੰ, ਪੈਸੇ ਪਵਾ ਕੇ ਫਿਰ ਫਾਈਨ ਫੂਨ ਪੇ ਕਰੀਏ ਸਾਰਾ ਕੁਛ, ਫਿਰ ਦੇਖਦੇ ਹਾਂ, ਬਬਾਸ। ਫਾਈਨ ਪੇ ਕਰਤਾ ਆਪਾਂ, ਬਹੁਤ ਜ਼ਿਆਦਾ, ਨਾਲ ਹੀ ਪੈਸੇ ਪਵਾ ਕੇ, ਨਾਲ ਹੀ ਬਹੁਤ ਜ਼ਿਆਦਾ ਪੈਸਾ ਯਾਰ, ਇੰਡੀਆ ਭਾਈ ਇੰਨਾ ਫਾਈਨ ਥੋੜ੍ਹੀ ਆ ਸਕਦਾ ਆਪਾਂ ਨੂੰ, ਇੰਡੀਆ ਪੈਸਾ 200 ਦਰਾਮ ਭੈਣ ਚੋਂ ਪੁਲਿਸ ਵਾਲਿਆਂ ਦੇ ਕੇ ਛੱਡਿਆ ਹੁੰਦਾ, 1960 ਪੇ ਕਰ, 1960 ਤਾਂ ਇੰਡੀਆ ਦਾ ਕਿੰਨਾ ਹੋ ਗਿਆ, 40-45 ਹਜ਼ਾਰ ਹੋ ਗਿਆ, 40-45 ਹਜ਼ਾਰ ਹੋ ਗਿਆ, ਹਾਂ ਅਤੇ 45 ਹਜ਼ਾਰ ਸਾਲ ਦਾ ਇੰਡੀਆ 'ਚ ਪੇ ਹੁੰਦਾ, ਕਦੇ ਨਹੀਂ ਆਉਂਦਾ ਇੰਨਾ ਫਾਈਨ ਯਾਰ, ਹਰ ਜਿਹੜੇ ਚਾਹੇ ਪੁਲਿਸ ਵਾਲੇ ਨੂੰ 200-500 ਦੇ ਕੇ ਨਿਕਲੀ। ਸਹੀ ਗੱਲ, ਸਹੀ ਗੱਲ, ਇੱਥੇ ਬਾਹਲੇ ਫਾਈਨ ਆਉਂਦੇ ਆ, ਕੱਲ 1200 ਤਾਂ ਸਾਨੂੰ ਥੋੜਾ ਕੱਲ ਪੈ ਗਿਆ, ਐਕਸਟਰਾ ਐਕਸਟਰਾ ਐਕਸਟਰਾ, ਸਾਡੀ ਆਪਦੀ ਗਲਤੀ, ਇਹਦੇ ਵਿੱਚ ਇੱਕ ਫਾਈਨ ਜਾ ਨਾ ਬਾਈ, ਦੋ ਫਾਈਨ ਮੈਨੂੰ ਯਾਦ ਆ, ਕਿਹੜੇ ਜਮਾ ਹੀ 400 ਵਾਲਾ ਆਇਆ ਸੀ ਸ਼ਾਰਜਾ, ਸ਼ਾਰਜਾ ਟ੍ਰੈਫਿਕ ਦੀ ਲਾਈਨ ਲੱਗੀ ਸੀ ਪੂਰੀ, ਤੇ ਜੇ ਅਸੀਂ ਖੜਦੇ ਸਾਨੂੰ ਅੱਧਾ ਪੌਣਾ ਘੰਟਾ ਲੱਗ ਜਾਣਾ ਸੀਗਾ, ਤੇ ਅਸੀਂ ਕਿਹਾ ਤੂੰ ਵੀ ਨਾਲ ਹੀ ਸੀ, ਅਸੀਂ ਕਿਹਾ ਵੀ ਅੱਗੇ ਜਾ ਕੇ ਸਿਰੇ 'ਤੇ ਵਾੜ ਲਾਂਗੇ, ਅਸੀਂ ਜਦੋਂ ਗਏ ਸਿਰੇ 'ਤੇ, ਜਦੋਂ ਅੰਦਰ ਕੱਟ ਕਰਨ ਲੱਗੇ, ਪਿੱਛੇ ਪੁਲਿਸ ਦੀ ਗੱਡੀ ਆ ਗਈ,
ਉਹਨੇ ਫਾਈਨ ਦਿੱਤਾ ਯਾਰ 400 ਦਾ ਉਹ ਤੇ ਮੈਂ ਰੈਸਲਾ ਦੇ ਨਾਲ ਬੰਦਾ ਦੂਜਾ ਵੀ ਇਹੀ ਸੀਗਾ ਉਹ ਟਰੈਕ ਦੇ ਵਿੱਚ ਟ੍ਰੈਫਿਕ ਹੁੰਦਾ ਹਮੇਸ਼ਾ ਉਹ ਰੋਡ ਤੇ ਤੇ ਮੈਨੂੰ ਕਹਿੰਦਾ ਇੱਧਰ ਦੀ ਕਰਕੇ ਕੱਟ ਦੇ ਮੈਂ ਕਿਹਾ ਨਹੀਂ ਯਾਰ ਫਾਈਨ ਆ ਜਾਂਦਾ ਹੁੰਦਾ ਪੁਲਿਸ ਵਾਲੇ ਖੜੇ ਹੁੰਦਾ ਕਹਿੰਦਾ ਕਿਤੇ ਨਹੀਂ ਯਾਰ ਐਵੇਂ ਡਰਦਾ ਰਹਿੰਦਾ ਮੈਂ ਕੱਢਤਾ ਜਦੋਂ ਘਰੇ ਗਏ ਉਦੋਂ ਵੀ 400 ਦਾ ਫਾਈਨ ਆ ਗਿਆ ਦੋ ਫਾਈਨ ਮੈਨੂੰ ਦਵਾਉਣ ਵਾਲਾ ਇਹ ਆ ਸ਼ਰੇਆਮ ਕਹਿ ਕੇ ਸਾਡੇ ਨਾਲ ਹੁੰਦੀ ਆ ਅਸੀਂ ਵੀ ਕਹਿ ਨਹੀਂ ਸਕਦੇ ਰੱਬ ਨੂੰ ਵੀ ਕੋਈ ਨਾ ਲੈਣ ਦੇ ਉਹ ਦੇ ਦਿੰਦਾ ਸਾਨੂੰ ਦੇ ਦਿੰਦਾ ਸਹੀ ਗੱਲ ਆ ਤੇ 1200 ਯਾਰ ਕੱਲ ਪੈ ਗਿਆ ਨਜਾਇਜ਼ 700 ਬਚ ਸਕਦਾ ਸੀ ਜੇ ਅਸੀਂ 7 ਦਿਨ ਗੱਡੀ ਖੜਾਉਂਦੇ ਉਹ ਯਾਰਡ ਬਹੁਤ ਵੱਡਾ ਉਹਦੇ ਵਿੱਚ ਗੱਡੀ ਖੜਾ ਦਿੱਤੀ ਤਾਂ ਖਤਮ ਵਾਲਾ ਕੰਮ ਹੀ ਆ ਮਿੱਟੀ ਘੱਟਾ ਉੱਥੇ ਪਤਾ ਨਹੀਂ ਕਿਵੇਂ ਘਸੀਟ ਘਸੂਟ ਕੇ ਖੜਾ ਦਿੰਦੇ ਆ ਉਹ ਤਾਂ ਬੈਟਰ 700 ਦਿੱਤਾ ਹੀ ਚੰਗਾ ਸੀਗਾ ਹੁਣ ਆਹ ਸਟੋਰੀ ਆ ਇੱਦਾਂ ਕਹਾਣੀ ਸਮਝ ਗੱਲ ਨੂੰ ਹਲੇ ਆਹ ਗੱਡੀ ਜਿੱਦਾਂ ਰੀਨਿਊ ਕਰਾਈ ਆ ਆਪਾਂ ਐਂ ਕਰ ਦਿੰਦੇ ਵੀ ਜਦੋਂ ਫਾਈਨ ਅਗਰ ਪੈਂਦੇ ਆ ਮੈਂ ਆਬੂ ਧਾਬੀ ਜਾਂਦਾ ਹੁੰਦਾ ਸੀ ਨਾ ਤੇ ਮੇਰਾ 2000 ਫਾਈਨ ਬਣਿਆ ਪਿਆ ਸੀ 2000 ਮੇਰਾ ਬਣਿਆ ਸੀ ਦਰਾਮ ਤੇ ਜਿੱਦਣ ਆਹ ਰੀਨਿਊ ਕਰਾਈ ਆ ਪਹਿਲਾਂ ਉਹ ਕਲੀਅਰ ਕੀਤਾ ਫਿਰ ਰੀਨਿਊ ਕਰਵਾਈਏ ਤਾਂ ਕਰਕੇ ਆ ਇਹ ਐਂ ਨਹੀਂ ਹਿਸਾਬ ਪੈਂਦਾ ਪਤਾ ਨਹੀਂ ਭੈਣ ਚੋ ਫਾਈਨਾਂ ਨਾਲ ਹੀ ਮਾਰੇ ਪਏ ਇੱਥੇ ਆਹ ਸਾਲ ਫਾਈਨ ਨਹੀਂ ਲੈਣਾ ਲੈ ਮੱਚ ਕੇ ਸਬਰ ਤਾਂ ਲੋਕਾਂ ਤੋਂ ਨਾ ਇੱਥੇ ਸੌ ਲੱਗੇ ਜਹਾਜ਼ ਬਣਾ ਲਾ ਨਾ ਕਿਸੇ ਨੂੰ ਐਵੇਂ ਨੰਬਰ ਨੋਟ ਕਰਕੇ ਕੰਪਲੇਂਟ ਕਰ ਦੂ ਤੇਰੀ ਮੇਰੇ ਮੂਹਰੇ ਨਹੀਂ ਆਇਆ ਗੱਡੀ ਚ ਬਹਿ ਕੇ ਲੋਕਾਂ ਨੂੰ ਹੱਥ ਉੱਤ ਜੇ ਦਿਖਾਈ ਜਾਂਦਾ ਰਹਿੰਦਾ ਐ ਥੋੜੀ ਦਿਖਾਇਆ ਐ ਦਿਖਾਇਆ ਹੱਥ ਉੱਤ ਹੀ ਗਿਆ ਮੈਂ ਇਦਾਂ ਉਦਾਂ ਦਾ ਕਿਹਾ ਹੀ ਨਹੀਂ ਪਕੜਾ ਗਾਲ ਕੱਢੀ ਫਿਰ ਜੇ ਕੋਈ ਉੱਤਰ ਕੇ ਆ ਗਿਆ ਆਪਸ ਕਰਦੇ ਸੀ ਗੱਲ ਤੁਹਾਨੂੰ ਭੁਲੇਖਾ ਲੱਗ ਗਿਆ ਆਪਸ ਗੱਲ ਕਰਦੇ ਸੀਗੇ ਆਪਾਂ ਤਾਂ ਕਹਿੰਦੇ ਨੀ ਕਿੰਨੇ ਕੁਛ ਨਾ ਨਾ ਆਪਾਂ ਤਾਂ ਲੜਦੇ ਹੀ ਨੀ ਲੜਾਈਆਂ ਚ ਕੀ ਰੱਖਿਆ ਆਪਣੇ ਲੜਾਈਆਂ ਚ ਛਤਰੀ ਰੱਖਿਆ ਹਨਾ ਕੀ ਫਾਇਦਾ ਮੈਂ ਯਾਰ ਸਾਨੂੰ ਉਹ ਕਮੈਂਟ ਵੀ ਆ ਜਾਂਦੇ ਆ ਕਦੇ ਕਦੇ ਆਹੋ ਬੋਲਦੇ ਬੰਦੇ ਗਲਤ ਤੇ ਸਾਡਾ ਕੀ ਜਾਂਦਾ ਅਸੀਂ ਪੜ੍ਹਦੇ ਵੀ ਨੀ ਅਸੀਂ ਇਗਨੋਰ ਮਾਰ ਦਿੰਦੇ ਹਾਂ ਉਹ ਤਾਂ ਸਾਡੀਆਂ ਗੱਲਾਂ ਸੁਣ ਲੈਂਦੇ ਆ ਸਹੀ ਗੱਲ ਲੇਕਿਨ ਕੰਮ ਹੁਣ ਏਦਾਂ ਹੀ ਚੱਲਣਾ ਵਾ ਜਿਵੇਂ ਤੁਹਾਨੂੰ ਦੇਖ ਰਿਹਾ ਨਾ ਮੈਂ ਖੜਾ ਹੋ ਕੇ ਬਾਹਰ ਤੈਨੂੰ ਹੱਥ ਮਾਰਾਂ ਦੱਸ ਇਹ ਸਕੂਲ ਇੱਥੇ ਡਰਾਈਵਿੰਗ ਸਕੂਲ ਉਹਦੀਆਂ ਕਾਰਾਂ ਘੁੰਮਦੀਆਂ ਫਿਰਦੇ ਨੇ ਨਵੇਂ ਐਲ ਤੁਰੇ ਫਿਰਦੇ ਨੇ ਹਾਈ ਸਕੂਲ ਚੋਂ ਮੈਂ ਲਿਆ ਲਸੰਸ ਬਾਈ ਐਲ ਪਿੱਛੇ ਕਹਿੰਦਾ ਐਲ ਤੇ ਐਲ ਤੁਰੇ ਫਿਰਦੇ ਨੇ ਇਹਨਾਂ ਤੋਂ ਡਰ ਹੀ ਲੱਗਦਾ ਜਦੋਂ ਮੈਂ ਮੇਰਾ ਉਸਤਾਦ ਸੀ ਪਾਕਿਸਤਾਨੀ ਪੰਜਾਬੀ ਅਸੀਂ ਦੋ ਜਣੇ ਹੁੰਦੇ ਸੀ ਉਹਦੇ ਅੰਡਰ ਇੱਕ ਮੈਂ ਸੀ ਇੱਕ ਬੰਗਾਲੀ ਹੁੰਦਾ ਸੀ ਸਿੱਖ ਦਾ ਸੀ ਮੈਂ ਚਲਾਈ ਉਹ ਕਹਿੰਦਾ ਤੂੰ ਲੈ ਜਾਏਗਾ ਤੂੰ ਪਹਿਲੀ ਟਰਾਈ 'ਚ ਲੈ ਜਾਏਗਾ ਬੰਗਾਲੀ ਨੂੰ ਕਹਿੰਦਾ ਤੂੰ 7-8 ਜ਼ਰੂਰ ਲੈ ਤੈਨੂੰ 7-8 ਟਰਾਈਆਂ ਲੱਗਣਗੀਆਂ ਬੰਗਾਲੀ ਹੱਥ ਬੰਦੇ ਆ ਏਦਾਂ ਹੀ ਆ ਚਲੋ ਮਿਲਦੇ ਫਿਰ ਆਪਾਂ ਸਟੇਸ਼ਨ 'ਤੇ ਜਾਂ ਗੱਡੀ ਚੱਕ ਕੇ ਤਾਂ ਤੁਹਾਨੂੰ ਉੱਥੇ ਦਿਖਾਉਂਦੇ ਹਾਂ ਮਾਹੌਲ ਠੀਕ ਆ ਬਾਬਾ ਲਓ ਵੀ ਬੰਦੇ ਹੋ ਬੰਦੇ ਲਓ ਵੀ ਮਿੱਤਰੋ ਆ ਗਏ ਆ ਤੁਹਾਨੂੰ ਬਾਹਰਲਾ ਮਾਹੌਲ ਦਿਖਾ ਦਾ ਇੱਥੇ ਲਾਈ ਸੀ ਪਹਿਲਾਂ ਗੱਡੀਆਂ ਇੱਧਰ ਹਾਂ ਜਦੋਂ ਮੈਨੂੰ ਫਾਈਨ ਆਇਆ ਇੱਥੇ ਲੱਗੀ ਸੀ ਜਦੋਂ ਮੈਸੇਜ ਆ ਗਿਆ ਆਪਣਾ ਮੁੰਡਾ ਐਮਾਜ਼ੋਨ ਵਾਲਾ ਹੈਗਾ ਉਹਨੇ ਐਮਾਜ਼ੋਨ ਦੇ ਅੰਦਰ ਪਾਰਕਿੰਗ ਆ ਉਹ 'ਚ ਲਵਾ ਦਿੱਤੀ ਠੀਕ ਇੱਥੇ ਸੇਫ ਨਹੀਂ ਸੀ ਹਾਂ ਇੱਥੇ ਤਾਂ ਕੀ ਸੇਫ ਹੋਣੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਤੁਸੀਂ ਉੱਥੋਂ ਹਿਲਾਉਣੀ ਨਹੀਂ ਜੇ ਉੱਥੇ ਖੜੀ ਨੂੰ ਤੁਹਾਨੂੰ ਫਾਈਨ ਆਈ ਗਏ ਆਰ ਟੀ ਏ ਦੇ ਕੋਈ ਚੋਰੀ ਹੋ ਗਈ ਕੋਈ ਡੈਮੇਜ ਹੋ ਗਈ ਇਹ 'ਚ ਸਾਡੀ ਕੋਈ ਰਿਸਪੋਂਸੀਬਿਲਿਟੀ ਨਹੀਂ ਓਨਰ ਦੀ ਰਿਸਪੋਂਸੀਬਿਲਿਟੀ ਲਓ ਜੀ ਸਾਰਾ ਕੁਛ ਓਨਰ ਹੀ ਭੁਗਤਿਆ ਲਓ ਵੀ ਮਿੱਤਰੋ ਆ ਗਏ ਆਪਾਂ ਆਪਣੀ ਬਿੱਲੋ ਰਾਣੀ ਕੋਲ ਝੋਟਾ ਲੋਹਾ ਲੋਹਾ ਲਕੋ ਕੇ ਖੜਾ ਕੇ ਗਏ ਲਕੋ ਲਕੋ ਕੇ ਸੇਫ ਖੜਾ ਕੇ ਗਏ ਇੱਦਾਂ ਤਾਂ ਐਂ ਥੋੜ੍ਹੀ ਕਿਤੇ ਉਹ ਖੜੀ ਕਰ ਦਾਂਗੇ ਆਪਾਂ ਉਹ ਹੌਲੀ ਹੈ ਉਹ ਖੜੀ ਗੱਡੀ ਆਈ ਸ਼ਾਬਾਸ਼ ਇਹਦੇ ਨਾਲ ਆਹ ਲਾ ਦਿੰਦੇ ਹਾਂ ਉਹ ਲੈ ਜਾਂਦੇ ਹਾਂ ਲਓ ਵੀ ਮਿੱਤਰੋ ਇੱਥੇ ਔਖਾ ਹੈ ਨਾ ਹਾਂ
ਪੁੱਛਲਾ ਲੋ ਵੀ ਮਿੱਤਰੋ ਗੱਡੀ ਬਹੁਤ ਗਰਮ ਆ ਗੱਡੀ ਬਹੁਤ ਗਰਮ ਆ ਆਪਾਂ ਬਹਿ ਗਏ ਆ ਗੱਲ ਆ ਏਦਾਂ ਵਾ ਕਹਾਣੀ ਠੀਕ ਆ ਤੇ ਕਹਾਣੀ ਹੁਣ ਪੈ ਗਈ ਦੂਜੀ ਇਹਦੇ ਫਾਈਨ ਸਾਰੇ ਪੇ ਕਰਤੇ ਆਨਲਾਈਨ ਬੈਠੇ ਬੈਠੇ ਆਉਂਦੇ ਆਉਂਦੇ ਦੂਜੀ ਗੱਡੀ ਲਾ ਚੱਲਿਆ ਆਪਾਂ ਇੱਧਰ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਪਾਸਿੰਗ ਲਈ ਠੀਕ ਆ ਉੱਥੇ ਵੀ ਲੱਗਣਾ ਘੰਟਾ ਡੇਢ ਘੰਟਾ ਲੱਗ ਜਾਣਾ ਫਿਰ ਦੇਖਦੇ ਹਾਂ ਰਸ਼ ਤੇ ਡਿਪੈਂਡ ਆ ਜੇ ਰਸ਼ ਨਾ ਹੋਇਆ ਫਿਰ ਤਾਂ ਅੱਧੇ ਘੰਟੇ ਪੌਣੇ ਚੋ ਜਾਣਾ ਇਹਦਾ ਨੰਬਰ ਕੀ ਕਰਨਾ ਉਹਨੂੰ ਉੱਥੇ ਹੀ ਚੱਲਾਂਗੇ ਨਾ ਜਿੱਥੇ ਪਾਸਿੰਗ ਕਰਾਉਣੀ ਆ ਉੱਥੇ ਹੱਥ ਹੈਗਾ ਆਟੋ ਮਕੈਨਿਕ ਸਵਾਸ ਚਲੋ ਜੀ ਹੁਣ ਮਿਲਦੇ ਆਪਾਂ ਉੱਥੇ ਉਹ ਸਟੇਸ਼ਨ ਆਪਾਂ ਤੁਸੀਂ ਦੇਖਿਆ ਜਿੱਥੇ ਆਪਾਂ ਉਹ ਗੱਡੀ ਰੀਨਿਊ ਕਰਵਾਈ ਆ ਉੱਥੇ ਸੇਮ ਚੱਲੇ ਆ ਉੱਥੇ ਆਪਣੇ ਆੜੀ ਆ ਉਹਨੇ ਆਪਾਂ ਨੂੰ ਰੋਕਦੇ ਚੱਕ ਲੈਣਾ ਤੈਨੂੰ ਮਜ਼ਾਕ ਕਰਦੇ ਰਹੀਦਾ ਯਾਰ ਬਾਈ ਯਾਰ ਜਿੱਥੇ ਮਰਜ਼ੀ ਕਰਾਓ ਸੇਮ ਹੀ ਆ ਗੱਲ ਕੋਈ ਇੱਥੇ ਯਾਰ ਦੋਸਤ ਨੀ ਚੱਲ ਬਾਈ ਬਟ ਫੇਰ ਵੀ ਆ ਜਾਓ ਸਾਡੇ ਬਵਾਸ ਇਹਨੂੰ ਅਸੀਂ ਮਿਸ ਬਹੁਤ ਕੀਤਾ ਹਨਾ ਚਲਾਉਣ ਦਾ ਮਜ਼ਾ ਹੀ ਕੱਲੀ ਵਿਚਾਰੀ ਕੱਲੀ ਇਸ ਤਰ੍ਹਾਂ ਅਸੀਂ ਨੀ ਛੱਡਦੇ ਕੱਲੀ ਕੱਲੀ ਵਿਚਾਰੀ ਮੈਂ ਤਾਂ ਮਿੱਤਰ ਨੂੰ ਕਹੀ ਗਿਆ ਦੇਖ ਹੈਗੀ ਆ ਉਹਨੇ ਫੋਟੋ ਖਿੱਚ ਖਿੱਚ ਭੇਜੀਆਂ ਮੈਨੂੰ ਹਾਂ ਵੀ ਹੈਗੀ ਆ ਹੈਗੀ ਹੈਗੀ ਬਾਈ ਕਹਿੰਦਾ ਟੈਨਸ਼ਨ ਨਾ ਲੈ ਕਹਿੰਦਾ ਮੈਂ ਕਹਿ ਤਾ ਤੈਨੂੰ ਮੈਂ ਕਿਹਾ ਟੈਨਸ਼ਨ ਨੀ ਬਸ ਫਿਕਰ ਆ ਛੋਟੀ ਦੀ ਇਹੀ ਗੱਡੀ ਇੰਪਾਉਂਡ ਹੋਈ ਸੀ ਤੇ ਇਹ ਆਪਾਂ ਹੁਣ ਕਢਵਾ ਲਈ ਆ ਐ ਨਹੀਂ ਵੀ ਤੁਹਾਨੂੰ ਉੱਥੇ ਵੀ ਉਹ ਲੁਧਿਆਣੇ ਕਚਹਿਰੀਆਂ ਜਾਓ ਇੱਧਰ ਜਾਓ ਉੱਧਰ ਜਾਓ ਸਾਰਾ ਕੁਛ ਆਨਲਾਈਨ ਹੈ ਇਹ ਸੀਗੀ ਮੈਂ ਬਈ ਪਤਾ ਕੀਤਾ ਬੰਦੇ ਨੇ ਦੱਸਿਆ ਇਹ ਸੀ ਸਮਾਰਟ ਇੰਪਾਉਂਡ ਜਿਹੜੀ ਸਮਾਰਟ ਇੰਪਾਉਂਡ ਆ ਉਹ ਤੁਸੀਂ ਜਾਣ ਦੀ ਲੋੜ ਨਹੀਂ ਇੱਥੇ ਪੈਸੇ ਪੂਸੇ ਦੇ ਕੇ ਤੁਸੀਂ ਕਰ ਸਕਦੇ ਇੱਕ ਸਿੱਧੀ ਇੰਪਾਉਂਡ ਕਰਦੇ ਆ ਚੱਕ ਕੇ ਲੈ ਆਉਂਦੇ ਆ ਗੱਡੀ ਫਿਰ ਤੁਹਾਨੂੰ ਉੱਥੇ ਗੇੜੇ ਕੱਢਣੇ ਪੈਂਦੇ ਆ ਇਹਨਾਂ ਦੇ ਸੋਰੀ ਫੋਰ ਮਾਈ ਸਮਾਰਟ ਵਾਸੀ ਨੀਂਦ ਆ ਰਹੀ ਆ ਤੈਨੂੰ ਕੀ ਪਿਆਵਾਂ ਜਿਹੜੀ ਨੀਂਦ ਹਟ ਕੇ ਦੇ ਮੈਨੂੰ ਸਾਰਾ ਵਧੀਆ ਟਕੀਲਾ ਫਲਾ ਦੇਣਾ ਆਉਣਾ ਟਾਈਮ ਟਕੀ ਜੇ ਤਾਂ ਦਾਰੂ ਤਾਂ ਛੱਡਦੀ ਯਾਰ ਆ ਤੁਹਾਨੂੰ ਸਾਡੇ ਮੂੰਹ ਦੱਸਦੇ ਆ ਤੈਨੂੰ ਦਾਰੂ ਛੱਡਦੀ ਕਹਿੰਦਾ ਦਸੰਬਰ ਤੋਂ ਮੈਨੂੰ ਥੋੜ੍ਹਾ ਸੈੱਟ ਹੁੰਦੇ ਫਿਰ ਤੈਨੂੰ ਮੂੰਹ ਘਟਾ ਕੇ ਦੇ ਤੇ ਫਨ ਸ਼ਨ ਕਰਦੇ ਰਹਿਣਾ ਹੁਣ ਆਪਾਂ ਹੁਣ ਚੱਲਦਾ ਕੰਮ ਆਪਣੇ ਚੱਲਦਾ ਕੰਮ ਇਨ ਦਾ ਸੈਂਸ ਵਲੌਗ ਚੱਲਦੇ ਹੁਣ ਠੀਕ ਆ ਤੇ ਸਟੋਰੀ ਇਹਨੇ ਦੱਸਤੀ ਆ ਹੁਣ ਜਾ ਕੇ ਉੱਥੇ ਆਪਾਂ ਗੱਡੀ ਟੰਗ ਦੇਣੀ ਆ ਪਾਸ ਕਰੋ ਪਾਸ ਕਰਾਉਣ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ ਅਸੀਂ ਠੀਕ ਆ ਜੀ ਬਸ ਲਓ ਵੀ ਮਿੱਤਰੋ ਆਪਾਂ ਆ ਗਏ ਆਪਣੇ ਅੱਡੇ 'ਤੇ ਠੀਕ ਹੈ ਇੱਥੇ ਹੁੰਦੀ ਹੈ ਕਾਰਾਂ ਦੀ ਪਾਸਿੰਗ ਅਤੇ ਕਾਰ ਦੀ ਪਾਸਿੰਗ ਕਰਵਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਅਪਡੇਟ ਦਿੰਦੇ ਹਾਂ ਕੋਈ ਚੰਗਾ ਅਤੇ ਹੁਣ ਆਪਾਂ ਥੋੜ੍ਹਾ ਜਿਹਾ ਬੰਪਰ ਖਲਾਉਣਾ ਬੰਪਰ ਜਿਹਾ ਖਲਾਉਣਾ ਇਹਦਾ ਫਿਰ ਮਿਲਦਾ ਧੁੱਪ ਪੈਂਦੀ ਆ ਸਿੱਧੀ ਮੈਂ ਬੰਦ ਨਹੀਂ ਕੀਤਾ ਅਤੇ ਨਹੀਂ ਬੰਦ ਨਾ ਕਰੀ ਉੱਥੇ ਆ ਕੇ ਖੋਲ੍ਹ ਲਾਂਗੇ ਅਤੇ ਗੱਲ ਕੁਛ ਨਹੀਂ ਥੋੜ੍ਹਾ ਜਿਹਾ ਜਾਮ ਹੋਇਆ ਉੱਥੇ ਉਹਨੂੰ ਰਾਲਾ ਜਿਹਾ ਕਰਨ ਵਾਲਾ ਉਹਨੇ ਖਿੱਚਿਆ ਆ ਕੇ ਮਕੈਨਿਕ ਨੂੰ ਖੁੱਲ੍ਹ ਗਿਆ ਫਿਰ ਕੈਂਸਲ ਕਰ ਦੇਣੀ ਆ ਵੀ ਗੱਡੀ ਗੱਡੀ ਤੁਸੀਂ ਗੰਦੀ ਲਿਆਂਦੀ 55 ਰੁਪਏ ਲਈ ਜਾਂਦੇ ਵਾਸ਼ ਦੇ ਭੈਣ ਤੋਂ
30 ग्राम लिया पता नहीं टाइम टूम लिखा वो भी इन्होंने यार नहीं हो पर इतने महंगी लैन गए रोटी भी दिंदे ना मेरी गल सुन कपड़ा हैगा तेरे को पे गड्डी ना पिया हो मार उत्ते कट के बंपर ते चल मार वाला ही पता नहीं फिर इधर जेड़ा ना मार पहनना ते तामी साफ निकल जानी है धोन की लोड़ ही नहीं धोन की लोड़ ही नहीं साफ निकलनी वधिया डाइट की मैं सवेरे दोपहरे पांच खा के आया परौठे एक टाइम ही डाइट होंगी है ज्यादा नहीं चलो दिखाने माहौल बाहर ला रहा उतो पास करवानी आप सैक्शन बने तेन का कपड़ा कुपड़ा मार सैट करके केड़ी वॉश करवा लगे वे ऑटो वॉश छेती होजू भाई ठीक है जल्दी कर ला गड्डी धोवा ली धो रही है मतलब लागे पांच दस मिनट फिर टक्कर शोप मारे सिद्धू शब शोप शोप पी लो शोप जेडे हिसाब ना मशीन जे मिल लगता गंदी कड के कडू ना ना करते ने फिर साफ करा ली फिर उन्होंने उन्नी की करनी से भी गल तो सही है घर दो दिन आप किसी हम साफ करा के वजिए चमका के गल बात घेंट करा ओके समझ गए इतना ਗੱਡੀ ਪਾਸ ਹੋ ਗਈ ਆ ਰੀਨਿਊਲ ਦਾ ਪ੍ਰੋਸੈਸ ਉਹ ਵੀ ਹੋ ਗਿਆ ਕੰਪਲੀਟ ਉਹ ਮੁਲਕੀ ਆ ਉਹ ਪੜਨਾ ਪਾਰਸੀ ਫੜਨੀ ਆ ਬਸ ਉਹ ਮਸ਼ੀਨ ਚੋਂ ਨਿਕਲਣੀ ਉਥੋਂ ਉਹ ਕੱਲ ਨੂੰ ਕੱਢ ਲਾਂਗੇ ਇਹਨਾਂ ਦੀ ਮਸ਼ੀਨ ਹੈ ਜੀ ਇੱਥੇ ਬਾਕੀ ਕੰਮ ਪ੍ਰੋਸੈਸ ਪੂਰਾ ਬੰਨੇ ਆ ਠੀਕ ਆ ਜੀ ਅੱਜ ਦੀ ਗੱਲਬਾਤ ਇਦਾਂ ਫੈਟਾ ਪੂਰੀ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਸੌਰੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ समझ गए स्टे ट्यून्ड चलो जी बाबास।